ਹਾਰਦਿਕ ਪਾਂਡਿਆ ਲੈ ਕੇ ਵੱਡੀ ਖਬਰ ਆ ਰਹੀ ਹੈ ਫਿਲਹਾਲ ਉਹ ਮੁੰਬਈ ਇੰਡੀਅਨਸ ਦੇ ਵਿੱਚ ਵਾਪਸੀ ਕਰ ਸਕਦੇ ਨੇ ਹਾਲਾਂਕਿ 26 ਨਵੰਬਰ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਆਫੀਸ਼ੀਅਲੀ ਅਨਾਉਂਸਮੈਂਟ ਵੀ ਛੇਤੀ ਹੀ ਹੋ ਸਕਦੀ ਹੈ ਪਰ ਕਈ ਸੋਸ਼ਲ ਸਾਈਟਸ ਤੇ ਜਾਂ ਫਿਰ ਸੋਸ਼ਲ ਮੀਡੀਆ ਤੇ ਦੇਖਿਆ ਜਾ ਰਿਹਾ ਕਿ ਇਹ ਚਰਚਾਵਾ ਕਾਫੀ ਜ਼ੋਰ ਫੜ ਰਿਹਾ ਨੇ ਕਿ ਭਾਰਤ ਦੇ T20 ਕਪਤਾਨ ਹੁਣ ਫਿਲਹਾਲ ਮੁੰਬਈ ਇੰਡੀਅਨਸ ਤੇ ਹੋ ਸਕਦੇ ਨੇ ਮੁੰਬਈ ਇੰਡੀਅਨਸ ਦੇ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ ਹਾਰਦਿਕ ਪਾਂਡਿਆ ਇਹ ਕਾਫੀ ਵੱਡਾ ਇਹ ਮੂਵ ਹੋਵੇਗਾ ਕਿਉਂਕਿ 7 ਸੀਜ਼ਨs ਤੱਕ ਹੋਣ ਤੱਕ ਮੁੰਬਈ ਇੰਡੀਅਨਸ ਦੇ ਨਾਲ ਉਹ ਖੇਡੇ ਤੇ ਮੁੰਬਈ ਇੰਡੀਅਨ ਦੀ ਟੀਮ ਕਾਫੀ ਵਧੀਆਂ ਵੀ ਖੇਡੀ ਹੈ ਚੈਂਪੀਅਨ ਵੀ ਕਈ ਵਾਰ ਰਹੀ ਹੈ ਤੇ ਗੁਜਰਾਤ ਟਾਈਟਨਸ ਵੀ ਚੈਂਪੀਅਨ ਦੀ ਤਰ੍ਹਾਂ ਖੇਡੀ ਹੈ ਹਾਰਦਿਕ ਪਾਂਡੇ ਦੀ ਮੌਜੂਦਗੀ ਦੇ ਵਿੱਚ ਪਰ ਕਿਹਾ ਜਾ ਰਿਹਾ ਹੈ ਜੇ ਹਾਰਦਿਕ ਪਾਂਡਿਆ ਦੀ ਮੁੰਬਈ ਇੰਡੀਅਨਸ ਦੇ ਵਿੱਚ ਵਾਪਸੀ ਹੁੰਦੀ ਹੈ ਤਾਂ ਕੀ ਉਹ ਕਪਤਾਨ ਦੇ ਤੌਰ ਤੇ ਹੋਣਗੇ ਰੋਹਿਤ ਨੂੰ ਕੀ ਆਰਾਮ ਦਿੱਤਾ ਜਾਊਗਾ ਜਾਂ ਫਿਰ ਰੋਹਿਤ ਬਤੌਰ ਕਪਤਾਨ ਸਿਰਫ ਬੈਟਸਮੈਨ ਦੇ ਤੌਰ ਤੇ ਖੇਡਦੇ ਨਜ਼ਰ ਆਉਣਗੇ तमाम ਇਹ ਅਟਕਲਾਂ ਨੇ ਜੋ ਕਿਹਾ ਜਾ ਰਿਹਾ 26 ਤਰੀਕ ਤੋਂ ਬਾਅਦ ਸਾਫ਼ ਹੁੰਦੀਆਂ ਨਜ਼ਰ ਆਉਣਗੀਆਂ ਪਰ ਆਈਪੀਐਲ ਦੀ ਟਰੇਡਿੰਗ ਵਿੰਡੋ ਬੰਦ ਹੋ ਜਾਵੇਗੀ ਉਸ ਤੋਂ ਬਾਅਦ ਹਾਰਦਿਕ ਨੇ ਸੱਤ ਸੀਜ਼ਨਾਂ ਦੇ ਲਈ ਆਈਪੀਐਲ ਦੇ ਵਿੱਚ ਮੁੰਬਈ ਲਈ ਹਾਲਾਂਕਿ ਖੇਡੇ ਹੈ 2022 ਸੀਜ਼ਨ ਤੋਂ ਪਹਿਲਾਂ ਉਸ ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਗੁਜਰਾਤ ਟਾਈਟਨਸ ਦੇ ਨਾਲ ਜੁੜਨ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਇਸ ਨਵੀਂ ਆਈਪੀਐਲ ਟੀਮ ਨੂੰ ਲਗਾਤਾਰ ਦੋ ਵਾਰ टी ट्वेंटी टूर्नामेंट के फाइनल तक पहुँचाया जिससे गुजरात की टीम ने भी अपने डेब्यू सीजन च खिताब जीतिया गुजरात टाइटनस के घटनाक्रम उत्ते नज़र पा वाले आई पी एल दे सूत्र ने कह कि बिल्कुल ये हो सकता है, मुंबई इंडियन ਜੋੜਨ ਦੀਆਂ ਚਰਚਾਵਾਂ ਕਾਫੀ ਜ਼ਿਆਦਾ ਚੱਲ ਰਹੀਆਂ ਨੇ ਸੰਭਾਵਨਾ ਹੈ ਕਿ ਉਹ ਟੀਮ ਬਦਲ ਸਕਦੇ ਨੇ ਪਰ ਇਸ ਦੀ ਪੁਸ਼ਟੀ ਅਜੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਜੇ ਤੱਕ ਇਕਰਾਰ ਨਾਮੇ ਤੇ ਦਸਤਖਤ ਨਹੀਂ ਕੀਤੇ ਗਏ ਨੇ ਇਸ ਕਰਕੇ ਮੈਂ ਵੀ ਕਹਿ ਰਿਹਾ ਹਾਂ ਕਿ 26 ਤਰੀਕ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਕਰਾਰ ਨਾਮੇ ਦੀ ਜਦੋਂ ਕਾਪੀ ਸਾਹਮਣੇ ਨਹੀਂ ਆਂਦੀ ਪਰ ਸੂਤਰ ਦੱਸ ਰਹੇ ਨੇ ਕਿ ਇੱਕ ਵੱਡਾ ਫੇਰਬਦਲ ਹੋ ਸਕਦਾ ਹੈ ਪਹਿਲਾ ਵੀ ਫਰੈਂਚਾਈਜ਼ੀਜ਼ ਟੀਮਾਂ ਦੇ ਵਿਚਾਲੇ ਕਿ ਢਾਰਗੀਆਂ ਦੀ ਅਦਲਾ ਬਦਲੀ ਹੁੰਦੀ ਹੈ ਪਰ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਜੇਕਰ ਹਾਰਦਿਕ ਮੁੰਬਈ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਦੀ ਜਗ੍ਹਾ ਗੁਜਰਾਤ ਦੇ ਵਿੱਚ ਕਿਹੜਾ ਖਿਡਾਰੀ ਸ਼ਾਮਲ ਹੋਵੇਗਾ ਜਾਂ ਫਿਰ ਕਪਤਾਨ ਦੇ ਤੌਰ ਤੇ ਕੌਣ ਖੇਡੇਗਾ ਗੌਤਮ ਗੰਭੀਰ ਉਸ ਨੂੰ ਲੀਡ ਕਰ ਰਹੇ ਨੇ ਉੱਥੇ ਹੀ ਚਰਚਾ ਇਹ ਵੀ ਹੈ ਕਿ ਮੁੰਬਈ ਇੰਡੀਅਨਸ ਹਾਰਦਿਕ ਪਾਂਡੇ ਦੇ ਬਦਲੇ ਆਪਣੇ ਖਿਡਾਰੀ ਦੇਣ ਦੀ ਬਜਾਏ 16 ਕਰੋੜ ਰੁਪਏ ਦੀ ਮੋਟੀ ਰਕਮ ਦੇਵੇਗੀ ਚਰਚਾ ਇਹ ਵੀ ਹੈ ਕਿ ਹਾਰਦਿਕ ਪਾਂਡੇ ਨੂੰ ਟੀਮ ਦੀ ਕਪਤਾਨੀ ਵੀ ਸੌਂਪੀ ਜਾ ਸਕਦੀ ਹੈ ਮੁੰਬਈ ਦੇ ਵੱਲੋਂ ਵੱਜੋ ਅਜੇ ਤੱਕ ਇਸ ਗਲਤੀ ਪੁਸ਼ਟੀ ਨਹੀਂ ਕੀਤੀ ਗਈ ਤੇ ਉਸਰੇ ਜੋਰਫਰਾ ਆਰਚਰ ਨੂੰ ਰਿਲੀਜ਼ ਕਰਨ ਦਾ ਹਲਕੀ ਫੈਸਲਾ ਕੀਤਾ ਜਾਂ ਫਿਰ ਨਹੀਂ ਇਹ ਵੀ ਨਹੀਂ ਦੱਸਿਆ ਲਾ ਕਿ ਪਿਛਲਾ ਸੀਜ਼ਨ ਜੋਰਫਰਾ ਆਰਚਰ ਨੇ ਨਹੀਂ ਖੇਡਿਆ ਸੀ ਮੁੰਬਈ ਨੇ ਹਾਲਾਂਕਿ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਨੂੰ 8 ਕਰੋੜ ਰੁਪਏ ਚ ਮੋਟੀ ਰਕਮ ਦੇ ਕੇ ਖਰੀਦੇ ਸੀ ਪਰ 60 ਕਾਰਨ ਉਹ ਪਿਛਲੇ ਦੋ ਮੈਚਾਂ ਦੇ ਵਿੱਚ ਦੋ ਸੀਜ਼ਨ ਦੇ ਵਿੱਚ ਵੀ ਹਾਲਾਂਕਿ ਉਪਲਬਧ ਨਹੀਂ ਹੋਏ ਸਨ ਜੇਕਰ ਗੁਜਰਾਤ ਟਾਈਟਲਜ਼ ਦੇ ਕਪਤਾਨ ਹਾਰਦਿਕ ਮੁੰਬਈ ਚ ਸ਼ਾਮਿਲ ਹੁੰਦੇ ਨੇ ਤਾਂ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਕਿ ਰੋਹਿਤ ਸ਼ਰਮਾ ਦੀ ਅਗਵਾਈ ਚ ਖੇਡੇਗਾ ਜਿਸ ਦੀ ਕਪਤਾਨੀ ਚ ਮੁੰਬਈ ਇੰਡੀਅਨਸ ਨੇ 5 ਵਾਰ ਕਿਤਾਬ ਜਿੱਤੇ ਕੁਝ ਇਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਾਣਨ ਦੇ ਲਈ ਫਿਲਹਾਲ ਭਲਕੇ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਤਸਵੀਰ ਉਦੋਂ ਹੀ ਸਪਸ਼ਟ ਹੋ ਜਾਵੇਗੀ ਜਦੋਂ ਇਕਰਾਰਨਾਮੇ ਦੀ ਕਾਪੀ ਸਾਹਮਣੇ ਆਵੇਗੀ ਪਰ ਸੂਤਰ ਦੱਸ ਰਹੇ ਨੇ ਕਿ ਵੱਡਾ ਫੇਰਬਦਲ ਹੋ ਸਕਦਾ ਹੈ